ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਨੂੰ ਲੈ ਕੇ ਸਿੱਖ ਕੌਮ ਤੇ ਅਤੇ ਇਨਸਾਫ ਪਸੰਦ ਲੋਕਾਂ ਦੇ ਵਿੱਚ ਬਹੁਤ ਦਰਦ ਹੈ ਅਤੇ ਇਸ ਵਕਤ ਜਿਹੜੀਆਂ ਕਿ ਹਰ ਸਿਆਸੀ ਪਾਰਟੀਆਂ ਹੋਣ ਜਾਂ ਜਥੇਬੰਦੀ ਧਾਰਮਿਕ ਜਥੇਬੰਦੀਆਂ ਹੋਣ ਜਾਂ ਇਨਸਾਫ ਪਸੰਦ ਲੋਕ ਹੋਣ, ਉਹਨਾਂ ਦੇ ਵੱਲੋਂ ਜਿਹੜੀ ਆ ਕਿ ਲਗਾਤਾਰ ਲੜਾਈ ਲੜੀ ਜਾ ਰਹੀ ਹੈ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਦਾ ਜਿਹੜਾ ਇਨਸਾਫ ਲਿਆ ਜਾ ਸਕੇ। ਅਤੇ ਉਸ ਤੋਂ ਇਲਾਵਾ ਜੋ ਬਰਗਾੜੀ ਕਾਂਡ ਦੇ ਵਿੱਚ ਜੋ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਸ਼ਹੀਦਾਂ ਨੂੰ ਜਿਹੜਾ ਕਿ ਇਨਸਾਫ ਮਿਲ ਸਕੇ। ਅਤੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਭੁਪਿੰਦਰ ਗੌਰਾ ਜੀ ਅਤੇ ਐਡਵੋਕੇਟ ਰਵਨੀਤ ਸਿੰਘ ਜੋਸ਼ੀ। ਅਤੇ ਅਸੀਂ ਗੱਲ ਕਰਦੇ ਹਾਂ ਭੁਪਿੰਦਰ ਗੌਰਾ ਜੀ ਦੇ ਨਾਲ। ਭੁਪਿੰਦਰ ਗੌਰਾ ਜੀ, ਅੱਜ ਜਿਹੜਾ ਕਿ ਤੁਸੀਂ ਚੰਡੀਗੜ੍ਹ ਦੇ ਸਰਕਲ ਆਊਟ ਵਿੱਚ ਪਹੁੰਚੇ ਹੋ ਅਤੇ ਇੱਥੇ ਕੀ ਕੁਝ ਲੈ ਕੇ ਪਹੁੰਚੋ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਲੋਕਾਂ ਨੂੰ? ਉਹਨਾਂ ਤੋਂ ਸਾਰੇ ਜਿੰਨੇ ਤੁਹਾਡੇ ਚੈਨਲ ਨਾਲ ਜੁੜੇ ਹੋਏ ਸਾਰਿਆਂ ਨੂੰ ਫਤਿਹ ਸਾਂਝੀ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਸਾਡਾ ਗੁਰੂ ਸਾਡੇ ਦੀ ਬੇਅਦਬੀ ਹੋਈ ਸੀ 2015 'ਤੇ, ਸਾਡੀਆਂ ਭਾਵਨਾ ਸਾਡੀਆਂ ਨੂੰ ਠੇਸ ਪਹੁੰਚੀ ਸੀ, ਸਾਡੇ ਹਿਰਦੇ ਮੁੰਝਦੇ ਗਏ ਸੀ ਕਰੋੜਾਂ ਸੰਗਤਾਂ ਦੇ ਜਿਹੜੇ ਗੁਰੂ ਨੂੰ ਪਿਆਰ ਕਰਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ। ਉਹਦਾ ਇਨਸਾਫ ਹਜੇ ਤੱਕ ਅਧੂਰਾ, 6 ਸਾਲ ਹੋ ਚੁੱਕੇ ਨੇ ਅਤੇ ਹਜੇ ਤੱਕ ਇਨਸਾਫ ਜਿਹੜਾ ਅਧੂਰਾ ਹੋਣ ਕਰਕੇ ਅਸੀਂ ਅੱਜ ਇੱਕ ਲੋਕਾਂ ਦੀ ਕਚਹਿਰੀ 'ਚ ਜਾ ਰਹੇ ਨਾਲ, ਅਤੇ ਕਿਉਂਕਿ ਲੋਕਾਂ ਦੇ ਵਿੱਚ ਰੱਬ ਵਸਦਾ ਹੁੰਦਾ ਅਤੇ ਲੋਕਾਂ ਦੇ ਇਸ ਜਿਹੜੀ ਸਨੇਚਰ ਸਾਇਨ ਨਾਂ ਦੀ ਜਿਹੜੀ ਇੱਕ ਕੰਪੇਨ ਹੈ, ਪਟੀਸ਼ਨ ਤਿਆਰ ਕਰਾਂਗੇ। ਬਾਹਰਲੀਆਂ ਕੰਟਰੀਆਂ ਦੇ ਵਿੱਚ ਕਈ ਥਾਂ 'ਤੇ ਐਗਜਾਮਪਲਾਂ ਸੈੱਟ ਹੋਈਆਂ ਵੀ ਇਹਨਾਂ ਸਾਇਨਾਂ ਦੇ ਨਾਲ ਜਿਹੜੀਆਂ ਹੈਗੀਆਂ ਇਨਸਾਫ ਮਿਲਿਆ। ਇਹ ਅਸੀਂ ਜਿਹੜੀ ਵੈਬਸਾਈਟ ਬਣਾਈ ਹੈ ਇਹਦੇ 'ਤੇ ਫਾਰਮ ਲਾਂਚ ਕੀਤਾ, ਉਹਦੇ 'ਚ ਸਾਰੀ ਇੱਕ ਚੀਜ਼ ਦਿੱਤੀ ਹੋਈ ਆ ਵੀ ਕਦੋਂ ਗੁਰੂ ਗ੍ਰੰਥ ਸਾਹਿਬ ਨੂੰ ਚੱਕਿਆ ਗਿਆ, ਕਦੋਂ ਬੇਅਦਬੀਆਂ ਹੋਈਆਂ, ਇੱਕ ਇੱਕ ਉਹਦੇ ਵਿੱਚ FIR, ਇੱਕ ਇੱਕ ਉਹਦੇ ਵਿੱਚ ਜੱਜਮੈਂਟ ਆ, ਇੱਕ ਇੱਕ ਵਿੱਚ ਉਹਦੇ ਜਿਹੜੇ ਪਰਿਵਾਰ ਸ਼ਹੀਦ ਹੋਏ ਆ ਜਾਂ ਉੱਥੇ ਗੋਲੀਆਂ ਚੱਲੀਆਂ ਜਾਂ ਉੱਥੇ ਬੱਸਾਂ ਸਾਰੀਆਂ, ਜੋ ਵੀ ਇੱਕ ਚੀਜ਼ ਉਹਦੇ ਨਾਲ ਹੈ, ਕਿਉਂਕਿ ਇੱਕ ਚੀਜ਼ ਤਾਂ ਮਿਲ ਸਕਦੀ ਆ। ਇਸ ਤੋਂ ਪਹਿਲਾਂ ਮੈਂ ਇਹ ਗੱਲ ਪੁੱਛਾਂਗਾ, ਜਿਹੜੀ ਤੁਸੀਂ ਵੈਬਸਾਈਟ ਦੀ ਗੱਲ ਕਰ ਰਹੇ ਹੋ ਜਿਹਦੇ ਵਿੱਚ ਸਾਰਾ ਕੁਝ ਸ਼ਾਮਿਲ ਆ, ਬਰਗਾੜੀ ਕਾਂਡ ਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ, ਉਸ ਵੈਬਸਾਈਟ ਦਾ ਨਾਮ ਕੀ ਹੈ ਅਤੇ ਲੋਕ ਉਹਨੂੰ ਕਿੱਦਾਂ ਦੇਖ ਸਕਦੇ ਨੇ ਅਤੇ ਉਹਦੇ 'ਤੇ ਜਿਹੜੀ ਸਿਗਨੇਚਰ ਦੇ ਵੀ ਤੁਸੀਂ ਗੱਲ ਕਰ ਰਹੇ ਹੋ ਉਹ ਕਿਸ ਤਰ੍ਹਾਂ ਕਰ ਸਕਦੇ ਹੋ, ਉਹ ਜ਼ਰੂਰ ਦੱਸੋ। ਦੇਖੋ, ਉਹਦਾ ਨਾਮ ਹੈ www.punjabmangdahainsaf.com। ਉਹਦੇ ਨਾਲ ਉਹ 'ਤੇ ਤੁਸੀਂ ਉਹ ਪਾਓਗੇ ਤਾਂ ਖੁੱਲ੍ਹ ਜਾਣੀ ਹੈ। ਖੁੱਲ੍ਹਣ ਤੋਂ ਬਾਅਦ ਉਹਦੇ 'ਚ ਇੱਕ ਫਾਰਮ ਆਉਣਾ, ਫਾਰਮ ਦੇ ਵਿੱਚ ਤੁਸੀਂ ਆਪਦਾ ਨਾਂ, ਆਪਦਾ ਉੱਥੇ ਪਿੰਡ ਦਾ ਨਾਂ ਜਾਂ ਆਪਦੀ ਜਗ੍ਹਾ ਦਾ ਨਾਂ, ਉੱਥੇ ਫੋਨ ਨੰਬਰ ਆਊਗਾ, ਉਹ ਚੀਜ਼ਾਂ ਤੁਸੀਂ ਉਹਦੇ ਦੇਖ ਕੇ ਉਸ 'ਤੇ ਇੱਕ ਤੁਸੀਂ ਉਹਨੂੰ ਰਜਿਸਟਰ ਕਰ ਸਕਦੇ। ਜੋ ਰਜਿਸਟਰ ਹੋ ਗਈ ਉਹ ਸਾਡੇ ਕੋਲ ਪਹੁੰਚ ਜਾਣੀ ਹੈ, ਉਹ ਰਜਿਸਟਰ ਸਾਰੇ ਅਸੀਂ ਇਕੱਠਾ ਕਰਕੇ ਸਾਰਾ ਅਸੀਂ ਮਾਨਯੋਗ ਕੋਰਟ ਦੇ ਵਿੱਚ ਜਿਹੜੇ ਹੈਗੇ ਉੱਥੇ ਲੈ ਕੇ ਦੇਵਾਂਗੇ, ਕਿਉਂਕਿ ਤੁਸੀਂ ਵੀ ਇੱਕ ਉਹਦੇ 'ਚ ਸਹੂਲੀਅਤ ਕਰ ਸਕੋ। ਬਾਕੀ ਉਹਦੀ ਸਾਰੀ ਇੱਕ ਚੀਜ਼ ਹੈ, ਪਹਿਲਾਂ ਸਾਰੀ ਚੀਜ਼ ਪੜ੍ਹੋ, ਇੱਕ ਚੀਜ਼ ਥੱਲੇ ਤੱਕ, ਫਿਰ ਜਿਹੜੀ ਹੈਗੀ ਅੱਗੇ ਜਿਹੜੀ ਹੈਗੀ ਆਪਾਂ, ਕਿਉਂਕਿ ਸਾਰੇ ਸਿੱਖ ਦਾ, ਸਾਰੇ ਸਿੱਖਾਂ ਦਾ, ਇਕੱਲਾ ਭੁਪਿੰਦਰ ਗੋਰੇ ਦਾ ਨਹੀਂ ਜਾਂ ਜੋਸ਼ੀ ਸਾਹਿਬ ਦਾ ਨਹੀਂ ਜਾਂ ਸਾਡਾ, ਇਹ ਇਕੱਲਿਆਂ ਦਾ ਨਹੀਂ, ਇਹ ਸਾਰਿਆਂ ਦਾ ਹੀ ਇਹਦੇ ਵਿੱਚ ਸਾਡਾ ਫਰਜ਼ ਬਣਦਾ, ਕਿਉਂਕਿ ਅਸੀਂ ਪਹਿਲਾਂ ਸਾਡੀ ਸਿੱਖੀ ਆ, ਸਾਡਾ ਸਿੱਖ ਹੈ, ਸਾਡਾ ਗੁਰੂ ਹੈ, ਅਸੀਂ ਉਹਦੇ ਨਾਲ ਜੁੜੇ ਹੋਏ ਹਾਂ, ਤਾਂ ਉਹਨੂੰ ਦੇਖਦੇ ਹੋਏ ਅਸੀਂ ਜਿਹੜਾ ਹੈਗਾ ਸਾਰਾ, ਅਸੀਂ ਸਾਨੂੰ ਇੱਕ ਆਪਦੇ ਆਪ ਨੂੰ ਸ਼ਾਂਤੀ ਮਿਲੂਗੀ ਵੀ ਅਸੀਂ ਇਹਦੇ ਵਿੱਚ ਸ਼ਮੂਲੀਅਤ ਕੀਤੀ ਆ। ਅਗਲੀ ਗੱਲ ਰਹੀ ਜਿਹੜੀ ਜਿਹੜੀਆਂ ਨੇ ਦੇਰੀਆਂ ਜਾਂ ਸਰਕਾਰਾਂ ਤੋਂ ਇਨਸਾਫ ਨਹੀਂ ਮਿਲੇ, ਕਿਉਂਕਿ ਹੁਣ ਇਹ ਤਿਆਰ ਕਰਨ ਦਾ ਵੀ ਇਹ ਹੈ ਕਿ ਕਿਉਂਕਿ ਪਿਛਲੀ ਸਿੱਟ ਤਿਆਰ ਹੋ ਕੇ ਆਏ ਆ, ਉਹਨੇ ਕੀਤੀ ਹੈ ਦਾਇਰ ਕਰਤੀ, ਲਿਆ ਕੇ ਚਲਾਨ ਸਾਰੇ, ਇੱਕ ਚਲਾਨ ਰਹਿ ਗਿਆ ਸੀਗਾ, ਤਾਂ ਮਾਨਯੋਗ ਹਾਈ ਕੋਰਟ ਨੇ ਸਿੱਟ ਹੀ ਖੜ ਦਿੱਤਾ, ਸਾਰਾ ਕੁਛ ਉੱਥੇ ਦਾ ਉੱਥੇ ਰਹਿ ਗਿਆ। ਹੁਣ 3 ਸਿੱਟਾਂ ਬਣ ਗਈਆਂ, 3 ਸਿੱਟਾਂ ਕਾਹਨੂੰ ਚਲਾਨ 'ਤੇ ਸਾਰਾ ਕੁਛ ਕਰਨੀਆਂ, ਤਾਂ ਉਸ ਟਾਈਮ ਦੇ ਉੱਤੇ ਅਸੀਂ ਇਹ ਜਿਹੜਾ ਹੈਗਾ ਸਾਰੀਆਂ ਲੋਕਾਂ ਦੀਆਂ ਭਾਵਨਾ ਮਾਨਯੋਗ ਹਾਈ ਕੋਰਟ ਪਹੁੰਚਾ ਸਕੇ, ਕੋਰਟਾਂ ਦੇ ਵਿੱਚ ਪਹੁੰਚਾ ਸਕੀ, ਤਾਂ ਕਿ ਵੀ ਕੋਈ ਖਾਰਜ ਨਾ ਹੋਵੇ, ਰੱਬ ਨਾ ਕਰੇ ਇਹਨਾਂ 'ਤੇ ਫੈਸਲਾ ਹੋ ਜੇ, ਇਸ ਚੀਜ਼ ਨੂੰ ਅਸੀਂ। ਗੌਰਵ ਜੀ, ਜਿਹੜੀ ਤੁਸੀਂ ਗੱਲ ਕੀਤੀ ਆ ਕਿ ਸਿੱਟਾਂ ਬਣ ਗਈਆਂ ਜਾਂ ਅਸੀਂ ਉਹਦਾ ਸਾਰਾ ਡਾਕੂਮੈਂਟ ਤਿਆਰ ਕਰ ਰਹੇ ਹਾਂ ਜਿਹੜਾ ਅਸੀਂ ਤੋਰ ਦੇ ਵਿੱਚ ਅਸੀਂ ਸਟੈਂਡ ਕਰ ਸਕੀਏ, ਲੋਕਾਂ ਨੂੰ ਦੱਸ ਸਕੀਏ, ਪਰ ਬਹੁਤ ਲਗਾਤਾਰ ਬਹੁਤ ਸੰਸਥਾਵਾਂ ਨੇ, ਬਹੁਤ ਜਥੇਬੰਦੀਆਂ ਨੇ, ਬਹੁਤ ਸਿਆਸੀ ਲੋਕ ਨੇ ਜਿਹੜੀਆਂ ਗੱਲਾਂ ਕਰਦੇ ਨੇ, ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਇਨਸਾਫ ਨਹੀਂ ਮਿਲ ਰਿਹਾ, ਇਨਸਾਫ ਦੀ ਕਿਸੇ ਪਾਸੇ ਵੀ ਨਜ਼ਰ ਨਹੀਂ ਆ ਰਿਹਾ। ਇਹਦਾ ਕਾਰਨ ਕੀ ਹੈ, ਕਿਉਂ ਇਸ ਤਰ੍ਹਾਂ ਹੋ ਰਿਹਾ? ਅੱਜ ਤੁਸੀਂ ਜੋ ਗੱਲ ਕਰ ਰਹੇ ਹੋ ਕਿ ਅਸੀਂ ਪਟੀਸ਼ਨ ਤਿਆਰ ਕਰਨ ਦੇ, ਅਸੀਂ ਅੱਗੇ ਕਰਾਂਗੇ ਜਾਂ ਜੋ ਵੀ ਕੰਮ ਤੁਸੀਂ ਲੈ ਕੇ ਚੱਲੇ ਹੋ, ਇਸ ਤਰ੍ਹਾਂ ਲੋਕਾਂ ਦੇ ਸਾਹਮਣੇ ਆਉਂਗੇ, ਪਰ ਇਨਸਾਫ ਕਿਉਂ ਨਹੀਂ ਮਿਲਦਾ? ਸਵਾਲ ਤਾਂ ਇੱਥੇ ਆ ਕੇ ਖੜ ਜਾਂਦਾ। ਅੱਜ 2015 ਇਲੈਕਟ, 2021 ਆ ਗਿਆ ਅਤੇ ਅੱਗੇ 2022 ਵੀ ਚੜ੍ਹਨ ਦੀ ਤਿਆਰੀ ਦੇ ਵਿੱਚ ਹੈ, ਪਰ ਬਹੁਤ ਵੱਡੀ ਜਿਹੜੀ ਇੱਥੇ ਝਾਟ ਸਾਨੂੰ ਕਿੱਥੇ ਨਜ਼ਰ ਆਉਂਦੀ? ਦੇਖੋ, ਮੈਂ ਕੋਈ ਅੱਜ ਦਾ ਨਹੀਂ ਜੁੜਿਆ, 2007 ਤੋਂ ਜਦੋਂ ਗੁਰੂ ਸਾਹਿਬ ਦਾ ਸਵਾਗਤ ਕਰਿਆ ਅਸੀਂ ਬਹੁਤ ਕੀਤਾ ਜੀ, ਡਾਕਟਰ 15 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉਦੋਂ ਤੋਂ ਅਸੀਂ ਲੈ ਕੇ ਅੱਜ ਤੱਕ, ਠੀਕ ਹੈ, ਤੁਸੀਂ ਇਹ ਤਾਂ ਹੁਣ ਰਿਕਾਰਡ ਹੈ, ਤੁਸੀਂ ਸਾਰੇ ਚੈਨਲਾਂ 'ਤੇ ਇੰਟਰਵਿਊ ਦੇਖ ਲਓ, ਫਿਰ ਤੁਸੀਂ ਪਟੀਸ਼ਨ ਦੇਖ ਲਓ ਮਾਨਯੋਗ ਹਾਈਕੋਰਟ ਦੇ ਵਿੱਚ 18-19 ਦੇ ਵਿੱਚ ਦਾਇਰ ਕੀਤੀ ਵੀ ਬੇਅਦਬੀਆਂ ਦਾ ਇਨਸਾਫ ਮਿਲੇ, ਲੇਟ ਹੋ ਗਿਆ, CBI ਖੁੱਲ੍ਹ ਗਿਆ, ਜਸਟ ਰਣਜੀਤ ਸਿੰਘ ਦੀ ਰਿਪੋਰਟ ਆ ਗਈ, ਜਸਟ ਫੜਰੇ ਦੀ ਰਿਪੋਰਟ ਆ ਗਈ,
ਰਾਜਵੀ ਦਾ ਨਾਂ ਆ ਗਿਆ ਉੱਥੇ ਪਰਚੇ ਦਰਜ ਹੋਣੇ ਚਾਹੀਦੇ ਆ ਉੱਥੇ ਦੇ ਪੁੱਛਦਾ ਵੀ ਕਰਨ ਗਈ ਉਸਨੂੰ ਮੋੜਿਆ ਗਿਆ ਸਾਰੀ ਸਾਰੀ ਇੱਕ ਚੀਜ਼ ਦਿੱਤੀ ਆ ਕੋਈ ਅੱਜ ਦਾ ਨਹੀਂ ਅੱਜ ਜੇ ਆਪਾਂ ਕਹੀਏ ਨਾ ਵੀ ਅੱਜ ਆਪਾਂ ਕਹਿ ਸਕਦੇ ਵੀ ਕਾਂ ਸ਼ਾਇਦ ਇਲੈਕਸ਼ਨ ਦੇਖ ਕੇ ਕਰਦੇ ਹੁਣ ਤਾਂ ਇਹ ਤਾਂ ਸਭ ਨੂੰ ਪਤਾ ਉਸ ਟਾਈਮ 'ਤੇ ਜਦੋਂ ਰਾਮਸਿੰਘ ਅਤੇ ਕੋਈ ਬੋਲਦਾ ਨਹੀਂ ਹੁੰਦਾ ਸੀ ਉਦੋਂ ਨਹੀਂ ਇਕੱਲਾ ਬੋਲਦਾ ਸੀ ਤਾਂ ਮੈਂ ਅਸੀਂ ਐਜ ਏ ਸਿੱਖ ਹੋਣ ਦੇ ਨਾਤੇ ਗੁਰੂ ਗੋਬਿੰਦ ਸਿੰਘ ਜੀ ਬਖਸ਼ ਹੋਣ ਦੇ ਨਾਤੇ ਰਾਮ ਰਹੀਮ ਦੇ ਉਲਟ ਬੋਲਣਾ ਸੀ ਸੌਖਾ ਕੰਮ ਨਹੀਂ ਸੀਗਾ ਤੁਹਾਨੂੰ ਵੀ ਪਤਾ ਇਹ ਤਾਂ ਸਭ ਕੁਝ ਦੇਖ ਹੀ ਚੁੱਕੀਆਂ ਸੀ ਅਤੇ ਫਿਰ ਜਿਹੜਾ ਰਾਜਨੀਤੀ ਚੋਂ ਟਾਈਮ ਤਾਂ ਮੇਰੀਆਂ ਵੋਟਾਂ ਨਾ ਖਰਾਬ ਹੋਣ ਅਸੀਂ ਐਜ ਏ ਸਿੱਖ ਹਾਂ ਠੀਕ ਹੈ ਅਸੀਂ ਆਉਂਦੇ ਵੀ ਸਾਡੇ ਗੁਰੂ ਦਾ ਸਾਨੂੰ ਸਾਥ ਮਿਲਣਾ ਚਾਹੀਦਾ ਉਸ ਕਰਕੇ ਅਸੀਂ ਲੱਗੇ ਹੋਏ ਹਾਂ ਅਤੇ ਜੇ ਅੱਜ ਅਸੀਂ ਬੋਲੀਏ ਤਾਂ ਤੁਸੀਂ ਕਹਿ ਸਕਦੇ ਹੋ ਵੀ ਇਹ ਅਗਲੀਆਂ ਰਾਜਨੀਤੀ ਨੂੰ ਦੇਖ ਕੇ ਕਰਦੇ ਨੰਬਰ ਅਗਲੀ ਗੱਲ ਬਈ ਇਨਸਾਫ ਦੇਰੀ ਕਿਉਂ ਹੋਈ ਦੇਰੀ ਮੈਂ ਤੁਹਾਨੂੰ ਸਾਰੀ ਸੱਚਾਈ ਦੱਸਦਾ ਮੈਂ ਅੱਜ ਦੇਖੋ 17 ਦੇ ਵਿੱਚ ਸਰਕਾਰ ਨਵੀਂ ਬਣੀ ਹੈ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਅਸੀਂ ਇਨਸਾਫ ਦਵਾਵਾਂਗੇ ਇਹ ਕੇਸ CBI ਕੋਲ ਸੀ CBI ਨੇ 4 ਸਾਲ ਦਿੱਤਾ ਨਹੀਂ ਠੀਕ ਹੈ CBI ਨੇ ਇਹਦੀ ਕੇਸ ਪਿੱਛੇ ਹਾਈਕੋਰਟ 'ਚ ਲੜੀ CBI ਲੜੀ ਸੁਪਰੀਮ ਕੋਰਟ 'ਚ ਹਾਈਕੋਰਟ 'ਚੋਂ ਹਰੀ ਸੁਪਰੀਮ ਕੋਰਟ 'ਚੋਂ ਹਰੀ ਫਿਰ ਉਹਨੇ ਲਾਸਟ 'ਤੇ ਕੀ ਕੀਤਾ ਕਲੋਜਰ ਕੋਰਟ ਸਾਰਾ ਕੁਝ ਬੰਦ ਕਰਕੇ ਵੀ ਇਹਦੇ 'ਚ ਕੋਈ ਦੋਸ਼ੀ ਨਹੀਂ ਦੱਸੋ ਸਰਕਾਰਾਂ ਸਾਡਾ ਸਿਸਟਮ ਦੇਖੋ ਸਰਕਾਰਾਂ ਕਿੰਨੇ ਨਾ ਰਹੀਆਂ ਹੋਈਆਂ ਜਿਹੜੀ BJP ਸਰਕਾਰ ਸੀ ਸੈਂਟਰ ਠੀਕ ਹੈ ਵੀ ਜੇ ਤੁਸੀਂ ਇਹੀ ਕੁਛ ਕਰਨਾ ਫਿਰ ਤੁਸੀਂ ਉਹ 6 ਮਹੀਨੇ 'ਚ ਕਰ ਦਿਓ ਤੁਸੀਂ ਲਾਸਟ 'ਤੇ 4 ਸਾਲਾਂ ਬਾਅਦ ਕਹਿੰਦੇ ਜੀ ਅੱਜ ਇੱਥੇ ਕੁਛ ਨਹੀਂ ਬੰਦ ਕਰਨਾ ਤਾਂ ਉਹਨਾਂ ਨੂੰ ਇਹ ਸੀ ਵੀ ਇਹਨੂੰ ਟਾਈਮ ਨਹੀਂ ਲੰਮਾ ਕਿਸੇ ਨਹੀਂ ਫਿਰ ਉਹਨੇ ਆ ਕੇ ਕੇਸ ਨਹੀਂ ਦਿੱਤਾ ਪੰਜਾਬ ਨੂੰ ਨਾ ਕਹਿੰਦੇ ਆਪ ਕਰਨਾ ਨਾ ਕਰਨ ਦੇਣਾ ਮੋਹਾਲੀ ਕੋਰਟ ਦੇ ਵਿੱਚ ਵੀ ਤੁਹਾਨੂੰ ਪਤਾ ਹੋਣਾ ਕਲੋਜ਼ ਰਿਪੋਰਟ ਪੇਸ਼ ਕਰਤੀ ਸੀ ਉਦੋਂ ਵੀ ਨਹੀਂ ਦੇਣ ਨੂੰ ਤਿਆਰ ਸੀ ਉੱਥੋਂ ਦੀ ਉਹ ਹਾਰ ਖਾਧੀ ਹੁਣ ਜਦੋਂ ਸਵਾ ਸਾਲ 1.5 ਸਾਲ ਦਾ ਪੰਜਾਬ ਕੋਲ ਆਇਆ ਕੇਸ ਅਤੇ ਆਉਣ ਤੋਂ ਬਾਅਦ ਇਹਦੇ 'ਚ SIT ਇਹਨੇ ਕੰਮ ਕਰਨਾ ਸ਼ੁਰੂ ਕੀਤਾ ਠੀਕ ਹੈ ਉਹਦੇ ਸਬੂਤ ਇਕੱਠੇ ਕੀਤੇ ਸਭ ਕੁਛ ਕੀਤਾ ਠੀਕ ਹੈ ਜਿੰਨੀਆਂ SIT ਨੇ ਜਸਟਿਸ ਰਣਜੀਤ ਸਿੰਘ ਜੀ ਨੇ ਰਿਪੋਰਟ ਦਿੱਤੀ ਉਹਦੇ 'ਚ ਵੀ ਡੇਰਾ ਅਤੇ ਡੇਰੇ ਦੇ ਨਾਮ ਬੰਦਿਆਂ ਦਾ ਨਾਮ ਖਰੜਾ ਸਾਹਿਬ ਦੀ ਰਿਪੋਰਟ 'ਚ ਵੀ ਨਾਮ ਠੀਕ ਹੈ ਇਹ ਜਿਹੜੀ ਜਿਹੜੀ ਵਿਜੇ ਕੁਮਾਰ ਸਾਹਿਬ ਉਹਦੇ 'ਚ ਵੀ ਨਾਮ ਠੀਕ ਹੈ ਸਾਡੀ ਸਭ ਤੋਂ ਪਹਿਲਾਂ ਇਹ ਸੀ ਵੀ ਗੁਰੂ ਸਾਡਾ ਚੱਕਿਆ ਕੀ ਹੈ ਅਤੇ ਫਿਰ ਕਿਹਨੇ ਅੰਗ ਖਲਿਆਰੇ ਉਹ ਵੀ ਸੀ ਸਭ ਤੋਂ ਵੱਡੀ ਗੱਲ ਪਹਿਲਾਂ ਉਹਦੇ ਵਿੱਚ ਅੱਜ ਸਾਨੂੰ ਆਸ ਜਾਗੀ ਹੈ ਵੀ ਸਾਨੂੰ ਉਹਦੇ ਵਿੱਚ ਇਨਸਾਫ ਮਿਲਿਆ ਕੁਛ 50% ਲਾਈਏ ਆਪਾਂ ਮਿਲਿਆ ਕਿਉਂਕਿ ਸਾਨੂੰ ਪਤਾ ਚੱਲਿਆ ਚੇਂਜ ਤਾਂ ਜੁੜ ਗਈ ਨਾ ਹੁਣ ਰਾਮ ਰਹੀਮ ਤੋਂ ਕੱਲ੍ਹ ਨੂੰ ਸਖਤੀ ਨਾਲ ਪੁੱਛ ਦੱਸ ਕਰਨੇ ਉਹ ਦੱਸੋ ਮੇਰੇ ਤੋਂ ਕਿਹਨੇ ਕਰਾਇਆ ਜਾਂ ਮੇਰੀ ਆਪਦੀ ਮਨਸ਼ਾ ਸੀ ਜਾਂ ਮੇਰੇ 'ਚ ਕੀ ਸੀਗਾ ਇਸ ਗੱਲ 'ਤੇ ਉਹ ਤਾਂ ਦੱਸ ਨਹੀਂ ਸਕਦੇ ਇਹਦੇ ਪ੍ਰੇਮੀ ਉਹ ਤਾਂ ਕਹੀ ਜਾਂਦੇ ਸਭ ਤੋਂ ਜਿਹੜਾ ਉਹਨੇ ਕਹਿਤਾ ਸੀ ਚੱਕ ਲਿਆ ਜੀ ਉਹਨੂੰ ਗੌਰਵ ਜੀ ਇੱਥੇ ਤੁਸੀਂ ਗੱਲ ਕਰ ਰਹੇ ਹੋ ਕਿ ਵੀ ਪਤਾ ਲੱਗ ਸਕਦਾ ਅੱਗੇ ਜੇ ਕਾਰਵਾਈ ਸ਼ੁਰੂ ਚੱਲੇਗੀ ਪਰ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਜੇ ਆਪਾਂ ਦੇਖੀਏ ਆਹ ਕੱਲ੍ਹ ਦੀਆਂ ਰਿਪੋਰਟਾਂ ਨੇ ਕਿ ਜਿਹੜਾ ਆਪਣਾ ਡੇਰਾ ਸਿਰਸੇ ਦਾ ਸਾਹਿਬ ਹੈ ਆਪਣਾ ਗੁਰਮੀਤ ਰਾਮ ਰਹੀਮ ਸਿੰਘ ਉਸ ਨੇ ਆਪਣੀ ਮਾਂ ਦੀ ਬਿਮਾਰ ਹੋਣ ਦੀ ਜਿਹੜੀ ਇੱਕ ਪਰੋਲ ਦੀ ਮੰਗ ਕੀਤੀ ਹੈ ਵੀ ਦੱਸੋ ਇੱਕ ਪਾਸੇ ਅਸੀਂ ਇਹ ਲੜਾਈ ਲੜ ਰਹੇ ਹਾਂ ਦੂਜੇ ਪਾਸੇ ਸਰਕਾਰਾਂ ਪਹਿਲੋਂ ਸੀਗੀ ਅਸੀਂ ਕਹਿੰਦੇ ਸੀਗੇ ਵੀ ਬਾਦਲ ਸਰਕਾਰ ਹੈ ਜਿਹੜੀ ਉਹ ਦੋਸ਼ੀ ਹੈ ਹੁਣ ਇੱਧਰ ਕਾਂਗਰਸ ਸਰਕਾਰ ਵੀ ਆ ਉੱਧਰ ਖੱਟੜ ਸਰਕਾਰ ਵੀ ਹੈ ਦੋਸ਼ੀ ਕੌਣ ਹੈ ਹੁਣ ਉਹ ਆਪਣੀ ਪਰੋਲ ਮੰਗ ਰਿਹਾ ਜਦੋਂ ਪਰੋਲ ਮੰਗੀ ਤੁਸੀਂ ਕੀ ਕਰੋਗੇ ਕਿਸ ਤਰ੍ਹਾਂ ਰੋਕੋਗੇ ਇਸ ਤਰ੍ਹਾਂ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਇਹ ਦੇਖੋ ਜਿਹੜੀ ਪਰੋਲ ਮੰਗ ਟਾਈਮਿੰਗ ਦੇਖੋ ਟਾਈਮਿੰਗ ਐਸੀ ਜੁੜ ਗਈ ਆ ਕੇ ਵੀ ਉੱਧਰੋਂ ਤਾਂ ਉਹਦਾ ਨਾਂ ਆ ਗਿਆ ਉੱਧਰ ਉਹਦੇ ਬੰਦਿਆਂ ਦਾ ਨਾਂ ਆ ਗਿਆ BSB ਵਾਲੇ 'ਚ ਉੱਧਰੋਂ ਉਹਨੂੰ ਪਰੋਲ ਦੀ ਲਾਤੀ ਦੇਖੋ ਪਹਿਲਾਂ ਨਹੀਂ ਲਾਈ ਉਹਨੇ ਪਰੋਲ ਠੀਕ ਹੈ ਮਹੀਨਾ ਪਹਿਲਾਂ ਜਾਂ 2 ਮਹੀਨੇ ਪਹਿਲਾਂ ਨਹੀਂ ਲਾਈ ਅੱਜ ਉਹਨੂੰ ਪਤਾ ਵੀ ਕਰੋਨਾ ਟਾਈਮ ਦੇ ਵਿੱਚ ਮੈਂ ਪਰੋਲ ਲੈ ਕੇ ਆਵੀ ਅਤੇ ਮੈਂ ਜਾ ਕੇ ਡੇਰੇ 'ਚ ਬਹਿ ਜਾਂਦਾ ਉੱਥੇ ਮੈਨੂੰ ਨਾ ਕੋਈ ਪੁੱਛ ਸਕੇ ਨਾ ਕੋਈ ਆ ਸਕੇ ਠੀਕ ਹੈ BJP ਨੇ ਵੀ ਆਪਦਾ ਜਿਹੜਾ ਹੈਗਾ ਆਪਦੇ ਗੱਲ 'ਚੋਂ ਪਲੰਦਾ ਲਾ ਕੇ ਉਹਨੂੰ ਪਤਾ ਵੀ ਕੱਲ੍ਹ ਵੀ ਕੋਟਾਂ ਵੀ ਇਜਾਜ਼ਤ ਦਿੰਦੀਆਂ ਇਹਨੂੰ ਪੁੱਛ ਦੱਸ ਪਾਉਂਦੀ ਅਤੇ ਤਾਂ ਵੀ ਸਾਨੂੰ ਕਰਨੀ ਪੈਣੀ ਆ ਅਤੇ ਉਹਨਾਂ ਨੂੰ ਪਤਾ ਵੀ ਇਹਨੂੰ ਹੁਣ ਉੱਥੇ ਬਹਿ ਜੂਗਾ ਉੱਥੇ ਲੋਕਾਂ ਨੇ ਭੜਾਓ ਕਰਨਾ ਇਕੱਠ ਨਹੀਂ ਹੋਣ ਦੇਣਾ ਫਿਰ ਇਹਨਾਂ ਨੇ ਕਹਿਣਾ ਵੀ ਕਰੋਨਾ ਟਾਈਮ ਆ ਜੀ ਇੱਥੇ ਲਾ ਲੈਣ ਦਾ ਸਿਸਟਮ ਹੈ ਇਹ ਸਾਰੀ ਤੀਜੇ ਦੀ ਧੜੀ ਦੀ ਧੜਾਈ ਰਹੇਗੀ ਦੇਖੋ ਜਦੋਂ ਸਰਕਾਰਾਂ ਸਾਡੀਆਂ ਲੱਗ ਜਾਣ ਅੱਜ ਸਾਡੀ ਜਿਹੜੀ BJP ਦੀ ਸਰਕਾਰ ਆ ਉਹੀ ਉਹਦੀ ਮਦਦ ਕਰੀ ਜਾਂਦੀ ਹੈ ਜਿਹਨਾਂ ਕੋਲ ਹੈ ਜੇ ਉਹਨਾਂ ਕੋਲ ਤਾਂ ਉਹ ਵੀ ਪੁੱਛਦਾ ਜੇ ਇਹਨਾਂ ਮਨਸਾ ਸਾਫ਼ ਹੁੰਦੀ BJP ਮਨਸਾ ਪਹਿਲਾਂ ਸਿੱਖਾਂ ਪ੍ਰਤੀ ਸਾਫ਼ ਤਾਂ ਹੈ ਹੀ ਨਹੀਂ ਪਹਿਲਾਂ ਉਹਨਾਂ ਨੇ ਕਿਸਾਨ ਨਜਾੜੇ ਫਿਰ ਸਿੱਖੀ ਦੇ ਉੱਧਰ ਨਸ਼ਾ ਚੱਲਦੇ ਰਹੇ ਜੇ ਉਹ ਆਹੀ ਤਰਨ ਚੋਂ ਘਰ ਕੇ ਇੱਥੇ ਫੜਾ ਮਾਰੀ ਜਾਂਦੇ ਬੈਠੇ ਹੋਏ ਅਤੇ ਜੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਤੁਸੀਂ ਜਾ ਕੇ ਕਹਿੰਦੇ ਨਾ 4 ਸਾਲ ਤੁਹਾਡੇ ਕੋਲ ਰਹੀ ਸੀ ਅੱਜ ਤੁਸੀਂ ਪੁੱਛਦੇ ਹੋ ਵੀ ਇਨਸਾਫ਼ ਨਹੀਂ ਮਿਲਿਆ 4 ਸਾਲਾਂ 'ਚ ਸੋਚੋ ਕੀ ਇਨਸਾਫ਼ ਮਿਲਿਆ ਤੁਸੀਂ ਕਿਉਂ ਨਾ ਇਹਦੀ ਜਿਹੜੀ ਹੈਗੀ ਹੈ ਰਾਮ ਜੀ ਤੁਹਾਡੇ ਕੋਲੇ ਬੈਠੇ ਜਿਹਦੇ 'ਤੇ ਘੰਟੇ 'ਚ ਪੁੱਛਦਾ ਕਰ ਸਕਦੇ ਸੀ ਸਾਰਾ ਕੁਛ ਹੀ ਦਿੱਲੀ ਸਾਡੇ 'ਚੋਂ ਬਾਹਰ ਆ ਜਾਣੀ ਸੀ ਅੱਜ ਜੇ ਅੱਜ ਕੋਈ ਕਾਰਵਾਈ ਹੋ ਰਹੀ ਹੈ ਮੈਂ ਨਹੀਂ ਕਹਿੰਦਾ ਵੀ ਮੈਂ ਸਰਕਾਰ ਦੇ ਪੱਖ 'ਚ ਕਰ ਰਿਹਾ ਜਾਂ ਮੈਂ ਕਿਸੇ ਦੇ ਹੱਥ 'ਚ ਕਰ ਰਿਹਾ ਮੈਂ ਨਾ ਅੱਜ ਵੀ ਚੱਲਿਆ ਤਾਂ ਹੈ ਨਾ ਕੁਛ ਕਿਸੇ ਨੂੰ ਪਹਿਲਾਂ ਤਾਂ ਕਈ ਜਾਣ ਨੂੰ ਐਂ ਹੀ ਪਤਾ ਹੁੰਦਾ ਕਈ ਬੰਦਿਆਂ ਨੂੰ ਵੀ ਇਹ ਜਿਹੜੀ ਚੀਜ਼ ਆ ਵੀ BJP ਵਾਲਾ ਕੇਸ ਕਿਹੜਾ ਸ਼ਹੀਦ ਪਰਿਵਾਰ ਜਿਹੜੇ ਹੋਏ ਉੱਥੇ ਮਾਰੇ ਗਏ ਉਹਨਾਂ ਦਾ ਕਿਹੜਾ ਸ਼ਹੀਦ ਹੋਏ ਜਿਹੜੇ ਬੰਦੇ ਜਿਹੜੇ ਮਤਲਬ ਕਿ ਜ਼ਖਮੀ ਹੋਏ ਆ ਉਹਨਾਂ ਦਾ ਕਿਹੜਾ ਕੇਸ ਉਹ ਵਿੱਚ ਹੀ ਤੁਖ ਮੁੱਖ ਕਰੀ ਜਾਂਦੇ ਸਾਰਾ ਕੁਛ ਹੀ ਮੈਂ ਕਹਿੰਦਾ ਵੀ BJP ਵਾਲਾ ਜਿਹੜਾ ਦੂਰ ਕੰਮ ਉਹਦਾ ਲੱਖ ਕੇਸ ਆ ਜਿਹੜਾ ਇਹ ਸ਼ਹੀਦ ਪਰਿਵਾਰ ਲੱਖ ਕੇਸ ਆ ਜ਼ਖਮੀਆਂ ਵਾਲਾ ਲੱਖ ਕੇਸ ਆ ਉਹ 3 ਕੇਸ ਹੋ ਗਏ 3 ਦੀ SIT ਲੱਖ ਬਣ ਗਈ ਠੀਕ ਹੈ ਇਹ ਵਧੀਆ ਕੀਤਾ ਵੀ ਜਿਹੜੀਆਂ SIT ਅਲੱਗ ਅਲੱਗ ਹੋ ਗਈਆਂ ਛੇਤੀ ਹੋ ਗਈਆਂ ਇਹਦੇ ਨਾਲ ਵੀ ਅਲੱਗ
ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਤਾਂ ਜਿਹੜਾ ਹੈਗਾ ਬੰਦੇ ਖੜੇ ਗਏ, ਹੁਣ ਗਾਂਹ ਰਹਿ ਗਈ ਵੱਡੀ ਗੱਲ ਜਿਹੜੀ ਉਹ ਤਾਂ ਰਾਮ ਰਹੀ, ਤਾਂ ਉਹਨੂੰ ਉਹਨੇ ਦੱਸੀ ਗਾਂਹ ਗੱਲ ਵੀ ਕੌਣ ਰਹਿ ਗਿਆ ਹੁਣ ਗੋਲੀ ਚਲਾਉਣ ਵਾਲਾ ਸ਼ਹੀਦਾਂ ਵਾਲਾ, ਉਹ ਹੁਣ ਜਿਹੜੀਆਂ ਐਸ ਆਈ ਟੀਆਂ ਉਹਨਾਂ ਨੇ ਉਹ ਰਿਪੋਰਟ ਦੇ ਦੇਣੀ ਆ। ਜਦੋਂ ਰਿਪੋਰਟਾਂ ਆ ਗਈਆਂ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਵੀ ਅਫਸਰ ਵਧੀਆ ਲੱਗੇ। ਅੱਜ ਜਿਹੜੀ ਅਸੀਂ ਸਾਨੂੰ ਹੋਪ ਹੈ ਜਾਂ ਸਾਨੂੰ ਉਮੀਦ ਹੈ, ਤੁਸੀਂ ਕਿਸੇ ਪਾਰਟੀ ਵਾਲੇ ਨੂੰ ਪੁੱਛ ਲਓ ਤੁਹਾਨੂੰ ਕੋਈ ਨਹੀਂ ਕਹਿੰਦਾ ਜਾਂ ਮੇਰੇ ਨਾਲ ਬਾਅਦ ਕਿਹਨਾਂ ਦੀ ਗੱਲ ਕਰਾ ਦਿਓ, ਇੱਕ ਬੰਦਾ ਕਹਿ ਦੇ ਵੀ ਅਫਸਰ ਇਹ 'ਚ ਮਾੜਾ ਲੱਗਿਆ, ਜਦੋਂ ਅਫਸਰ ਸਾਰੇ ਸਹੀ ਲੱਗਿਆ ਇਮਾਨਦਾਰ ਆਫਿਸਰ ਹੈ ਤਾਂ ਫਿਰ ਸਾਨੂੰ ਪੂਰੀ। ਇੱਕ ਮੰਗੋਰਾ ਜੀ ਮੈਂ ਇੱਥੇ ਕੁਐਸਚਨ ਕਰ, ਤੁਸੀਂ ਕਿਹਾ ਵੀ ਇਮਾਨਦਾਰ ਆਫਿਸਰ ਨੇ, ਕੀ ਜਿਹੜੇ ਪਹਿਲੇ ਆਫਿਸਰ ਸੀ ਉਹ ਇਮਾਨਦਾਰ ਨਹੀਂ ਸੀ? ਬਿਲਕੁਲ ਇਮਾਨਦਾਰ ਸੀ। ਫਿਰ ਉਹ ਉਹਨਾਂ ਦੀ ਇਮਾਨਦਾਰੀ ਅਤੇ ਇਹਨਾਂ ਦੀ ਇਮਾਨਦਾਰੀ 'ਚ ਕੀ ਫਰਕ? ਮੈਂ ਦੇਖੋ ਨਾ, ਉਹੀ ਤਾਂ ਫਿਰ ਉੱਥੇ ਜੋ ਹਾਈ ਕੋਰਟ ਨੇ, ਅਸੀਂ ਤਾਂ ਇਮਾਨਦਾਰ ਕਰਕੇ ਲਾਏ ਸੀ ਨਾ ਇਹ ਤਾਂ, ਉਹਨੂੰ ਅੱਜ ਵੀ ਨਹੀਂ ਕੋਈ ਕਹਿੰਦਾ ਵੀ ਇਮਾਨਦਾਰ ਨਹੀਂ, ਇਹ ਤਾਂ ਮੰਨਣੀ ਪਊ। ਜਦੋਂ ਹੁਣ ਕੋਰਟ ਨਹੀਂ ਉਹਨੂੰ ਰਿਜੈਕਟ ਕਰਤਾ, ਉਹਨੂੰ ਕਰ ਵੀ ਕੀ ਸਕਦਾ, ਉਹ ਤਾਂ ਹੁਣ ਕੋਰਟ ਨੇ ਕਰਤਾ। ਅਸੀਂ ਇਹ ਸਰਕਾਰਾਂ ਨੇ ਤਾਂ ਨਹੀਂ ਨਾ ਕੀਤਾ ਜਾਂ ਕਿਸੇ ਹੋਰ ਤਾਂ ਨਹੀਂ ਕੀਤਾ, ਹੁਣ ਕੋਰਟ ਦੇ ਤਾਂ ਹੀ ਤਾਂ ਅਸੀਂ ਜਿਹੜੀ ਸਾਰੀ ਜਿਹੜੀ ਕਰ ਰਹੇ ਹਾਂ ਲੋਕਾਂ ਦੀ ਨਾਲ ਜੋੜ ਰਹੇ ਹਾਂ ਸਾਰੀ ਚੀਜ਼ ਨੂੰ, ਲੋਕ ਜਾ ਕੇ ਉਹਨਾਂ ਦੀ ਕੋਰਟਾਂ ਨੂੰ ਪਤਾ ਲੱਗੇ ਵੀ ਇੰਨੇ ਲੋਕਾਂ ਦੀਆਂ ਭਾਵਨਾ ਜੁੜੀ ਹੈ, ਇਹ ਬਣਾਉਣ ਦਾ ਤਾਂ ਹੀ ਜ਼ਰੀਆ, ਤਾਂ ਹੀ ਸਾਰੇ ਲੋਕਾਂ ਨੂੰ ਸਹੂਲੀਅਤ ਕਰਨੀ ਹੈ ਇਹਦੇ ਵਿੱਚ, ਤਾਂ ਹੀ ਅਸੀਂ ਬੇਨਤੀ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਆਪਣਾ ਜੋਸ਼ੀ ਸਾਹਿਬ। ਤੁਸੀਂ ਹਾਈ ਕੋਰਟ 'ਚ ਪ੍ਰੈਕਟਿਸ ਕਰਦੇ ਹੋ, ਤੁਸੀਂ ਕੇਸ ਲੜਦੇ ਹੋ, ਤੁਸੀਂ ਉਹਦੇ ਵਿੱਚ ਜਿਹੜੇ ਆ ਕਿ ਆਪਣਾ ਸਿਰਸੇ ਵਾਲਾ ਜਿਹੜਾ ਰਾਮ ਰਹਿਣ ਸਿੰਘ ਆ ਉਹਦੇ ਖਿਲਾਫ ਵੀ ਕੇਸ ਲੜੇ ਹੋ, ਤੁਸੀਂ ਹੋਰ ਵੀ ਕੇਸ ਲੜਾਈ ਲੜਦੇ ਹੋ, ਹੁਣ ਜਿਹੜਾ ਤੁਸੀਂ ਪੰਜਾਬ ਮੰਗਦਾ ਇਨਸਾਫ ਵੈਬਸਾਈਟ ਤਿਆਰ ਕੀਤੀ ਆ, ਉਹ ਤੁਸੀਂ ਤਿਆਰ ਕੀਤੀ ਆ, ਕਿਸ ਤਰ੍ਹਾਂ ਉਹਨੂੰ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾਓ? ਦੇਖੋ ਜੀ, ਇਹ ਜਿਹੜੀ ਵੈਬਸਾਈਟ ਹੈ ਪੰਜਾਬ ਮੰਗਦਾ ਇਨਸਾਫ .com, ਇਹ ਦੋ ਮਕਸਦ ਜੋ ਮੁੱਖ ਰੂਪ 'ਚ ਲੈ ਕੇ ਚੱਲੀ ਹੈ। ਪਹਿਲਾਂ ਤਾਂ ਜੋ ਅਲੱਗ ਅਲੱਗ ਪੋਲੀਟੀਕਲ ਪਾਰਟੀਆਂ ਜਾਂ ਬਿਆਨ ਕਰਨ ਵਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸੀ ਇਹਨਾਂ ਤਿੰਨ ਮਾਮਲਿਆਂ ਦੇ ਬਾਰੇ, ਬਹਿਬਲ ਕਲਾਂ ਗੋਲੀ ਕਾਂਡ, ਕੋਟਕਪੂਰਾ ਅਤੇ ਬੇਅਦਬੀ, ਇਹ ਤਿੰਨ ਅਲੱਗ ਅਲੱਗ ਮਾਮਲੇ ਨੇ, ਅਤੇ ਇਹਨਾਂ ਦੇ ਬਾਰੇ ਜੋ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਜੋ ਲੋਕਾਂ ਤੱਕ ਪਹੁੰਚਾਈ ਜਾਵੇ। ਇਸ ਵੈਬਸਾਈਟ 'ਤੇ ਜਿੰਨੀ ਵੀ ਇਨਫੋਰਮੇਸ਼ਨ ਹੈ, FIR ਜਿੰਨੀਆਂ ਨੇ, ਅਲੱਗ ਅਲੱਗ FIR ਹੋ ਗਈਆਂ, ਉਸ ਤੋਂ ਬਾਅਦ ਵੱਖਰੀਆਂ ਵੱਖਰੀਆਂ ਜੋ ਇਹਦੇ ਵਿੱਚ ਇਨਕੁਆਇਰੀ ਰਿਪੋਰਟਸ ਆਈਆਂ ਨੇ, ਇਹਨਾਂ ਇਨਕੁਆਇਰੀ ਰਿਪੋਰਟਸ ਤੋਂ ਇਲਾਵਾ ਜੋ ਕੋਰਟ ਦੇ ਆਰਡਰਸ ਆਏ ਨੇ ਜਾਂ ਜੋ ਜੋ ਪਟੀਸ਼ਨਾਂ ਇਹਦੇ ਵਿੱਚ ਫਾਈਲ ਹੋਈਆਂ ਨੇ ਇਹਨਾਂ ਕੇਸਾਂ ਦੇ ਵਿੱਚ, ਉਹ ਸਾਰੀ ਜਾਣਕਾਰੀ ਜੋ ਹੈ ਰੀਡ ਕਰਨ ਲਈ ਅਤੇ ਡਾਊਨਲੋਡ ਲਈ ਇਸ ਵੈਬਸਾਈਟ ਦੇ ਉੱਤੇ ਅਸੀਂ ਜਨਤਕ ਕੀਤੀ ਹੈ, ਤਾਂ ਕਿ ਲੋਕਾਂ ਤੱਕ, ਆਵਾਮ ਤੱਕ ਜੋ ਹੈ ਸਹੀ ਪੋਜੀਸ਼ਨ ਕੀ ਚੱਲ ਰਿਹਾ ਇਹਨਾਂ ਕੇਸਾਂ ਦੇ ਵਿੱਚ, ਕੀ ਮਾਮਲੇ ਨੇ, ਕੀ ਰਿਪੋਰਟਾਂ ਹੋਈਆਂ, ਕੀ ਇਨਵੈਸਟੀਗੇਸ਼ਨ ਹੈ, ਲੋਕਾਂ ਤੱਕ ਜਨਤਕ ਕੀਤੀ ਹੈ। ਦੂਜੇ ਰੂਪ 'ਚ ਇੱਕ ਸਾਈਨ ਅ ਪਟੀਸ਼ਨ ਕੈਂਪੇਨ ਹੈ ਜਿਹੜੀ ਇਸ ਵੈਬਸਾਈਟ ਦੇ ਉੱਤੇ ਲੋਕ ਆਪਣਾ ਜੋ ਹੈ ਇਤਰਾਜ਼ ਜ਼ਾਹਰ ਕਰ ਸਕਦੇ, ਆਪਣਾ ਗੁੱਸਾ ਜ਼ਾਹਰ ਕਰ ਸਕਦੇ ਹੈ, ਉਹ ਜਦੋਂ ਇਹ 'ਤੇ ਰਜਿਸਟਰ ਕਰਨਗੇ ਤਾਂ ਉਹ ਇੱਕ ਕਲੀਅਰ ਕੱਟ ਮੈਸੇਜ ਜਾਊਗਾ ਐਡਮਿਨਿਸਟ੍ਰੇਸ਼ਨ ਨੂੰ ਅਤੇ ਸਰਕਾਰਾਂ ਨੂੰ ਵੀ ਇੰਨੇ ਲੋਕ ਨੇ ਜੋ ਤੁਹਾਡੇ ਇਸ ਰਵੱਈਏ ਤੋਂ ਜਾਂ ਡਿਲੇ ਤੋਂ ਜੋ ਆਹਤ ਨੇ ਅਤੇ ਨਾਰਾਜ਼ ਨੇ ਅਤੇ ਉਹ ਇਨਸਾਫ ਦੀ ਗੁਹਾਰ ਲਗਾ ਰਹੇ ਨੇ, ਅਤੇ ਇੱਕ ਰੂਪ 'ਚ ਇੱਕ ਪ੍ਰੈਸ਼ਰ ਗਰੁੱਪ ਬਿਲਟ ਹੋਊਗਾ ਜਿਹਦੇ ਨਾਲ ਜੋ ਇੱਕ ਇਨਸਾਫ ਦੀ ਜੋ ਹੈ ਮੰਗ ਦੀ ਜੋ ਹੈ ਆਸ ਵੱਜੇਗੀ, ਅਤੇ ਲੋਕਾਂ ਦੇ ਵਿੱਚ ਵੀ ਇੱਕ ਉਮੀਦ ਹੋਏਗੀ ਵੀ ਅਸੀਂ ਇੱਕ ਯੋਗਦਾਨ ਪਾਇਆ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਵੀ ਹਿੱਸਾ ਲੈਣ ਦਾ ਜੋ ਇੱਕ ਮੌਕਾ ਮਿਲੂਗਾ। ਅਸੀਂ ਇਹ ਡਿਜੀਟਲ ਫੋਰਮ ਦੇ ਵਿੱਚ ਵੀ ਲੋਕਾਂ ਤੋਂ ਸਾਈਨ ਕਰਾਵਾਂਗੇ ਅਤੇ ਫਿਜ਼ੀਕਲ ਫੋਰਮ ਦੇ ਵਿੱਚ ਵੀ ਜੋ ਹੈ ਡਿਸਟ੍ਰਿਕਟਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਪੀਲ ਕਰਾਂਗੇ, ਇਹ ਮੁਹਿੰਮ ਦੇ ਨਾਲ ਲੋਕਾਂ ਨੂੰ ਜੋੜਾਂਗੇ। ਨਵਰੀ ਜੀ, ਜਿਹੜੀ ਤੁਸੀਂ ਵੈਬਸਾਈਟ ਤਿਆਰ ਕੀਤੀ ਹੈ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਤਿਆਰ ਕੀਤੀ ਹੈ, ਕੀ ਇਕੱਲੀ ਪੰਜਾਬੀ ਵਿੱਚ ਕੀਤੀ ਹੈ? ਇਹ ਕੇਵਲ ਫਿਲਹਾਲ ਇਹ ਦੋ ਭਾਸ਼ਾਵਾਂ ਦੇ ਵਿੱਚ ਤਿਆਰ ਕੀਤੀ ਗਈ ਹੈ, ਅੰਗਰੇਜ਼ੀ ਅਤੇ ਪੰਜਾਬੀ ਮੁੱਖ ਰੂਪ ਦੇ ਵਿੱਚ ਇਸ ਦਾ ਜੋ ਮਜ਼ਬੂਨ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਉਂ ਜਿਉਂ ਇਹ ਡਾਕੂਮੈਂਟ ਵਗੈਰਾ ਟਰਾਂਸਲੇਟ ਹੋਣਗੇ ਅਸੀਂ ਕੋਸ਼ਿਸ਼ ਕਰਾਂਗੇ ਵੀ ਹਿੰਦੀ ਦੇ ਵਿੱਚ ਵੀ ਇਸ ਨੂੰ, ਕਿਉਂਕਿ ਨਾਨਕ ਨਾਮ ਲੇਵਾ ਸੰਗਤ ਕਾਫੀ ਐਸੀ ਵੀ ਹੈ ਜੋ ਹਿੰਦੀ ਨਾਲ ਪਰਿਚਿਤ ਹੈ, ਕਈ ਕਈ ਸਾਲਾਂ ਤੋਂ ਹੋਰ ਸਟੇਟਾਂ ਦੇ ਵਿੱਚ ਹੋਰ ਬਾਹਰੀ ਰੂਪ 'ਚ ਰਹਿ ਰਹੇ ਨੇ ਲੇਕਿਨ ਸਿੱਖੀ ਨਾਲ ਉਹ ਜੁੜੇ ਹੋਏ ਨੇ, ਤਾਂ ਸਾਡੀ ਕੋਸ਼ਿਸ਼ ਰਹੂਗੀ ਵੀ ਜਿੰਨਾ ਹੋ ਸਕੇ ਉਹਨੂੰ ਟਰਾਂਸਲੇਟ ਕਰਕੇ ਅੱਡ ਅੱਡ ਭਾਸ਼ਾਵਾਂ ਦੇ ਵਿੱਚ ਲਿਆਂਦਾ ਜਾਵੇ। ਅੱਛਾ ਨਵਰੀ ਜੀ, ਕੀ ਸਿਰਫ ਇਹ ਲੋਕਾਂ ਨੂੰ ਇੱਕ ਜਾਣਕਾਰੀ ਤੱਕ ਤੁਹਾਡੀ ਜਿਹੜੀ ਵੈਬਸਾਈਟ ਸੀਮਤ ਰਹੇਗੀ ਜਾਂ ਤੁਸੀਂ ਕੋਈ ਕਾਨੂੰਨੀ ਤੌਰ 'ਤੇ ਵੀ ਕਾਰਵਾਈ ਕੀ ਕਰੋਗੇ? ਇਹ ਜੋ ਇਨਫੋਰਮੇਸ਼ਨ ਆਊਗੀ ਇਹਦੇ ਉੱਤੇ ਜੋ ਲੋਕ ਰਜਿਸਟਰ ਕਰਨਗੇ ਉਹ ਮਜ਼ਬੂਨ ਜੋ ਇਕੱਠਾ ਕਰਕੇ ਉਹ ਡੈਫੀਨੇਟਲੀ ਇਨਵੈਸਟੀਗੇਟਿਵ ਏਜੰਸੀ, ਸਰਕਾਰਾਂ ਅਤੇ ਕੋਰਟਾਂ ਦੇ ਵਿੱਚ ਜੋ ਹੈ ਪਹੁੰਚਦਾ ਕੀਤਾ ਜਾਵੇ। ਅਤੇ ਹੁਣ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ? ਹੁਣ ਲੋਕਾਂ ਦੇ ਅੱਗੇ ਸਿਰਫ ਇੱਕੋ ਹੀ ਅਪੀਲ ਹੈ ਵੀ ਔਨਲਾਈਨ ਹੋ ਕੇ
www.punjabmangdainsaf.com ਦੇ ਉੱਤੇ ਆਪਦੇ ਆਪ ਨੂੰ ਰਜਿਸਟਰ ਕਰੋ। ਵੱਧ ਤੋਂ ਵੱਧ ਇਹਨੂੰ ਅੱਗੇ ਦੀ ਅੱਗੇ ਸ਼ੇਅਰ ਕਰੋ। ਇਹਦੇ ਵਿੱਚ ਕੋਈ ਕਿਸੇ ਦਾ ਪੋਲੀਟੀਕਲ ਮੋਟਿਵ ਨਹੀਂ ਹੈ, ਨਾ ਕੋਈ ਇਹ ਆਮ ਜੋ ਧਰਨੇ ਲੱਗਦੇ ਨੇ ਜਾਂ ਪ੍ਰਦਰਸ਼ਨ ਹੁੰਦੇ ਨੇ ਜਿੱਥੇ ਕੋਈ ਲੀਡਰ ਕਲੇਮ ਕਰ ਲੈਂਦਾ ਵੀ ਇਹ ਲੋਕ ਮੇਰੇ ਨੇ, ਮੈਂ ਜੋ ਸਮਝੌਤਾ ਕਰਕੇ ਬਹਿ ਜਾਂਦਾ। ਇਸ ਵੈਬਸਾਈਟ ਦੇ ਵਿੱਚ ਉਹ ਜਿਹਾ ਕੁਛ ਨਹੀਂ ਹੈ, ਕਿਉਂਕਿ ਇਹ ਇੱਕ ਤਰ੍ਹਾਂ ਦਾ ਸਟਰੋਂਗ ਮੈਸੇਜ ਦੇਣ ਲਈ ਹੈ ਸਿਰਫ ਸਰਕਾਰਾਂ ਨੂੰ ਅਤੇ ਐਡਮਿਨਿਸਟ੍ਰੇਸ਼ਨ ਨੂੰ ਵੀ ਇੰਨੇ ਲੋਕ ਇਸ ਮਾਮਲੇ ਤੋਂ ਜੋ ਆਹਤ ਨੇ ਉਹ ਦੁਖੀ ਨੇ, ਉਹਨਾਂ ਦੇ ਹਿਰਦੇ ਬਲੁੰਦਰੇ ਗਏ ਨੇ ਅਤੇ ਉਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ। ਦੂਜਾ ਇਹਦੇ ਉੱਤੇ ਜਾਣਕਾਰੀ ਹੈ, ਜਨਤਕ ਕੀਤੀ ਗਈ ਹੈ, ਜੋ ਕੋਈ ਵੀ ਵਿਅਕਤੀ ਉਹਨੂੰ ਰੀਡ ਕਰ ਸਕਦਾ, ਉਹਨੂੰ ਐਕਸੈਸੇਬਲ ਹੈ। ਕੀ ਤੁਸੀਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਵੀ ਸੰਪਰਕ ਕੀਤਾ ਅਤੇ ਹੋਰ ਤੁਸੀਂ ਕਿਸ ਕਿਤੇ ਜਾਣੀ ਕਿ ਸੰਪਰਕ ਕੀਤਾ, ਥੋੜ੍ਹਾ ਜਿਹਾ ਉਹਦੇ ਬਾਰੇ? ਬਿਲਕੁਲ, ਜਿੰਨੇ ਇੱਕ ਇਸ ਵੈਬਸਾਈਟ ਨੂੰ ਤਿਆਰ ਕਰਨ ਲਈ ਤੁਹਾਨੂੰ ਕਿੰਨਾ ਸਮਾਂ ਲੱਗਿਆ ਅਤੇ ਇਸ ਵਕਤ ਤੁਹਾਡੇ ਕਿੰਨੇ ਬੰਦਿਆਂ ਦੀ ਟੀਮ ਜਿਹੜੀ ਆ ਕਿਤੇ ਕੰਮ ਕਰ ਰਹੀ? ਦੇਖੋ, ਇਹ ਜੋ ਆਈਡੀਆ ਅਸੀਂ ਇਕੱਠੇ ਹੋਏ ਜਦੋਂ ਇਸ ਚੀਜ਼ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ, ਕਿਤੇ ਨਾ ਕਿਤੇ ਇਹ ਗੱਲ ਸੀ ਵੀ ਸ਼ਾਇਦ ਕਿਸੇ ਡੇਰੇ ਦਾ ਨਾਮ ਆ ਜਾਂਦਾ ਅਤੇ ਉਹਦੇ ਵੋਟ ਬੈਂਕ ਦੇ ਚੱਲਦੇ ਸਰਕਾਰਾਂ ਜੋ ਇਹ ਕਾਰਵਾਈਆਂ ਨਹੀਂ ਕਰਦੀਆਂ, ਤਾਂ ਉਹਨਾਂ ਨੂੰ ਇੱਕ ਸਟਰੋਂਗ ਮੈਸੇਜ ਦੇਣ ਦੇ ਲਈ ਵੀ ਲੋਕ ਜਿਹੜਾ ਹੈ, ਜਨਤਾ ਦਾ ਜਿਹੜਾ ਮੈਂਡੇਟ ਹੈ, ਉਹ ਇਸ ਮਾਮਲੇ ਦੇ ਨਾਲ ਬਹੁਤ ਵੱਡੀ ਤਾਦਾਦ 'ਚ ਜੁੜਿਆ ਹੋਇਆ। ਉਹ ਲੋਕ ਯੂਨਾਈਟਿਡ ਨੇ, ਇੱਕਜੁੱਟ ਨੇ, ਉਹ ਇੱਕਜੁੱਟ ਤਾਂ ਇੱਕ ਪਲੈਟਫਾਰਮ 'ਤੇ ਉਹਨਾਂ ਨੂੰ ਦਿਖਾਉਣ ਲਈ ਇੱਕ ਪਲੈਟਫਾਰਮ ਜੋ ਹੈ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਨੂੰ ਬਣਾਉਣ ਦੇ ਵਿੱਚ ਜੋ ਹੈ ਸਮਾਂ ਜੋ ਹੈ ਮਹੀਨੇ ਦਾ ਲੱਗਿਆ, ਲੇਕਿਨ ਜੋ ਸੰਪਰਕ ਹੋ ਰਿਹਾ ਸੀ ਵੱਖ ਵੱਖ ਬੰਦਿਆਂ ਨਾਲ, ਉਹ ਕਾਫੀ ਪਹਿਲਾਂ ਤੋਂ ਚੱਲ ਰਿਹਾ। ਇਹਦੇ ਵਿੱਚ ਜਿਵੇਂ ਕ੍ਰਿਸ਼ਨ ਭਗਵਾਨ ਜੀ ਨੇ ਸ਼ਹੀਦ ਹੋਏ ਸੀਗੇ ਗੋਲੀਕਾਂਡ ਦੇ ਦੌਰਾਨ, ਉਹਨਾਂ ਦੇ ਬੇਟੇ ਨੇ, ਹੋਰ ਵੀ ਪਰਿਵਾਰਾਂ ਦੇ ਨਾਲ ਸਾਡਾ ਸੰਪਰਕ ਹੋ ਰਿਹਾ ਵੀ ਜੋ ਪੀੜਿਤ ਨੇ ਅਤੇ ਜੋ ਆਹਤ ਰੱਖਦੇ ਹੈ ਜਾਂ ਜੋ ਇਨਸਾਫ਼ ਦੀ ਗੁਹਾਰ ਲਾਉਣ ਇਨਸਾਫ਼ ਪਸੰਦ ਲੋਕ ਨੇ, ਉਹਨਾਂ ਦਾ ਇਹਦੇ ਵਿੱਚ ਜੋ ਹੈ ਉਹਨਾਂ ਨੇ ਹਾਮੀ ਭਰੀ ਹੈ ਅਤੇ ਇਹਦੇ ਇਹੋ ਜਿਹੇ ਪਲੈਟਫਾਰਮ ਨੂੰ ਲਿਆਉਣ ਦੇ ਲਈ ਉਹਨਾਂ ਨੇ ਪ੍ਰੇਰਿਤ ਕੀਤਾ। ਬਹੁਤ ਬਹੁਤ ਧੰਨਵਾਦ।